ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਹਾਜ਼ਰ ਹਾਂ ਜੀ ਇਸ ਸਮੇਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਦੁਬਾਲੀ ਖੇੜਾ, ਜੋ ਕਿ ਹੰਸਾਲੀ ਦੇ ਬਿਲਕੁਲ ਨਜ਼ਦੀਕ ਰੋਡ ਦੇ ਉੱਤੇ ਸਥਾਨ ਹੈ, ਸਿੰਘ ਸ਼ਹੀਦਾਂ ਦੇ ਨਾਂ ਦੇ ਉੱਤੇ, ਜਿੱਥੇ ਕਿ ਭਾਈ ਸਾਹਿਬ ਸਿੰਘ ਜੀ ਸੇਵਾ ਨਿਭਾ ਰਹੇ ਨੇ। ਅੱਜ ਗੁਰਮਤਿ ਸਮਾਗਮ ਕੀਤਾ ਗਿਆ, ਮੈਡੀਕਲ ਕੈਂਪ ਲਗਾਏ ਗਏ ਇਸ ਸਥਾਨ ਦੇ ਉੱਤੇ। ਬਹੁਤ ਸਾਰੇ ਜਥਿਆਂ ਨੇ, ਭਾਈ ਹਰਜੀਤ ਸਿੰਘ ਜੀ ਹਰਮਨ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਤੋਂ, ਉਹਨਾਂ ਨੇ ਵੀ ਹਾਜ਼ਰੀਆਂ ਭਰੀਆਂ ਨੇ। ਸੋ ਇਸ ਸਥਾਨ 'ਤੇ ਕਿਵੇਂ ਹੋਂਦ ਦੇ ਵਿੱਚ ਆਇਆ, ਸੰਖੇਪ ਦੇ ਵਿੱਚ ਆਪਾਂ ਜਿਵੇਂ ਸੰਗਤਾਂ ਸਰਧਾ ਵਸ ਇੱਥੇ ਆਉਂਦੀਆਂ ਨੇ, ਅਤੇ ਉਹਨਾਂ ਦੀਆਂ ਕੀ ਸਵਾਵਾਂ ਸਰਗਰਮੀਆਂ ਇੱਥੋਂ ਜਾਰੀ ਨੇ, ਗੁਰਮਤਿ ਪ੍ਰਚਾਰ ਦੀਆਂ ਜਾਂ ਹੋਰ ਸਮਾਜ ਸੇਵਾ ਦੀਆਂ, ਉਹਨਾਂ ਨਾਲ ਗੱਲਬਾਤ ਕਰਾਂਗੇ। ਭਾਈ ਸਾਹਿਬ ਸਿੰਘ ਜੀ ਇਸ ਸੰਬੰਧੀ ਜਾਣਕਾਰੀ ਦੇਣਗੇ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਜੋ ਸਥਾਨ ਹੈ ਗੁਰਦੁਆਰਾ ਸਿੰਘ ਸ਼ਹੀਦਾਂ ਨਿੰਮ ਸਾਹਿਬ, ਅਤੇ ਇਹ ਪ੍ਰਾਤਨ ਸਥਾਨ ਹੈ। ਇੱਥੇ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਦੱਸਦੇ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਜਿਹੜੇ ਇੱਥੇ ਸਿੰਘ ਸ਼ਹੀਦ ਹੋਏ ਹੈ, ਅਤੇ ਉਹਨਾਂ ਦੀ ਯਾਦ ਵਿੱਚ ਇੱਥੇ ਸਥਾਨ ਬਣਿਆ ਹੋਇਆ, ਅਤੇ ਗੁਰੂ ਮਹਾਰਾਜ ਦੇ ਪ੍ਰਕਾਸ਼ ਨੇ। ਅਤੇ ਨਾਲ ਨਾਲ ਇੱਥੇ ਹੁਣ ਅਸੀਂ ਜੋ ਕਿ ਸਮਾਜਿਕ ਕਾਰਜ ਨਾਲ ਨਾਲ ਗੁਰਬਾਣੀ ਦੇ ਨਾਲ, ਜਿੱਥੇ ਇੱਥੇ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਹੈ, ਸ਼ੁੱਧ ਗੁਰਬਾਣੀ ਦੇ ਪਾਠ ਦੀ ਐਤਵਾਰ ਨੂੰ ਕਲਾਸਾਂ ਲੱਗਦੀਆਂ ਨੇ, ਨਾਲ ਦੀ ਨਾਲ ਜਿਹੜੀ ਸ਼ਸਤਰ ਵਿੱਦਿਆ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਸੋ ਇੱਥੇ ਸਾਡੇ ਕੋਲ ਜਹੇਦਾਰ ਭਾਈ ਜੈਪ੍ਰੀਤ ਸਿੰਘ ਜੀ ਹਰ ਐਤਵਾਰ ਨੂੰ ਬੱਚਿਆਂ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜੀ ਗੱਤਕੇ ਦੀ ਸਿੱਖਿਆ ਦਿੰਦੇ ਨੇ, ਇੱਥੋਂ ਹੀ ਫਿਰ ਨਾਲ ਦੇ ਪਿੰਡਾਂ ਦੇ ਵਿੱਚ ਉਹ ਸਿਖਾਉਣ ਜਾਂਦੇ ਨੇ। ਸੋ ਇਹ ਜੋ ਸਥਾਨ ਹੈ, ਇਹ ਇੱਕ ਗੁਰਮਤਿ ਦਾ ਕੇਂਦਰ ਹੈ। ਇੱਥੇ ਗੁਰਬਾਣੀ ਦੇ ਨਾਲ ਨਾਲ ਗੱਤਕੇ ਦੀ ਸਿੱਖਿਆ, ਹੋਰ ਜਿਹੜੀਆਂ ਇਲਾਕੇ ਦੀਆਂ ਸੇਵਾਵਾਂ ਦਾ, ਜਿਵੇਂ ਅੱਜ ਇੱਥੇ ਮੈਡੀਕਲ ਚੈੱਕਅਪ ਦਾ ਕੈਂਪ ਲੱਗਿਆ, ਜਿੱਥੇ ਸਰੀਰ ਦੇ ਸਾਰੇ ਟੈਸਟ ਕੀਤੇ ਜਾਂਦੇ ਹਨ ਬੜੇ ਹੀ ਥੋੜੇ ਪੈਸਿਆਂ ਦੇ ਨਾਲ। ਸੋ ਚੈਰਿਟੀ ਦੇ ਕਾਰਜਾਂ ਦੇ ਵਿੱਚ ਸਾਰੇ ਰਲ ਮਿਲ ਕੇ, ਕਿਉਂਕਿ ਗੁਰੂ ਮਹਾਰਾਜ ਦਾ ਜੋ ਸਾਨੂੰ ਹੁਕਮ ਹੈ, ਭਾਈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਵੈਸਣ ਪਾਈ ਹੈ, ਇਹ ਅਸਥਾਨ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਰੇ ਅਸਥਾਨ ਹੀ ਵੈਸੇ ਸਿੱਖੀ ਦੇ ਜਿਹੜੇ ਕੇਂਦਰ ਨੇ, ਜਿੱਥੋਂ ਜਿਹੜੀ ਸੱਚ ਦੀ ਜਿਹੜੀ ਆਵਾਜ਼ ਹੈ ਇਹ ਸਮਾਜ ਵਿੱਚ ਜਾਣੀ ਹੈ, ਜਿੱਥੋਂ ਸਮਾਜ ਨੂੰ ਸਹੀ ਸੇਧ ਮਿਲੇ। ਸਮਾਜ ਨਸ਼ਿਆਂ ਤੋਂ ਇਸ ਵੇਲੇ ਜਿਹੜੀ ਸਾਡੀ ਜਵਾਨੀ ਨਸ਼ਿਆਂ ਦੇ ਵਿੱਚ ਗਰਕ ਚੁੱਕੀ ਹੈ, ਜੇ ਜਵਾਨੀ ਨੂੰ ਕੱਢ ਕੇ ਗੁਰਬਾਣੀ ਦੇ ਨਾਲ ਗੁਰ ਇਤਿਹਾਸ ਨਾਲ ਜੋੜਨਾ, ਇਹੀ ਸਾਡਾ ਮੇਨ ਮਕਸਦ ਅੱਜ ਦੇ ਸਮੇਂ ਦੇ ਵਿੱਚ। ਜੇਕਰ ਸਾਡੀ ਜਵਾਨੀ ਨਿਕਲ ਗਈ, ਜਿਹੜੀ ਕੌਮ ਦੀ ਰੀੜ੍ਹ ਦੀ ਹੱਡੀ ਹੈ, ਸਾਡਾ ਸਮਾਜ ਚੰਗਾ ਸਿਰਜਿਆ ਜਾਊਗਾ, ਉਹਦੇ ਨਾਲ ਹੀ ਸਾਡੇ ਜਿਹੜੇ ਅਸਥਾਨ ਨੇ ਫਿਰ ਚੜ੍ਹਦੀ ਕਲਾ ਵੀ ਜਾਣਗੇ, ਤਾਂ ਜੋ ਕਿਉਂਕਿ ਸੇਵਾਦਾਰ ਵੀ ਚਾਹੀਦੇ ਨੇ ਅਸਥਾਨਾਂ 'ਤੇ ਚੜ੍ਹਦੀ ਕਲਾ ਵਾਲੇ ਨੌਜਵਾਨ, ਅਤੇ ਜੇ ਸਾਡੇ ਸਮਾਜ ਵਿੱਚ ਹੀ ਅਤੇ ਨਸ਼ਿਆਂ ਦਾ ਇਹੋ ਜਿਹਾ ਕੋਹੜ ਫੈਲ ਗਿਆ, ਫਿਰ ਆਉਣ ਵਾਲੇ ਸਮੇਂ 'ਚ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਕੌਣ ਕਰੂਗਾ। ਇਸ ਕਰਕੇ ਜਿਹੜੇ ਗੁਰੂ ਘਰ ਨੇ, ਇਹ ਤਾਂ ਹੈ ਹੀ ਹੈ, ਗਊ ਗਰੀਬ ਦੀ ਰੱਖਿਆ ਦੇ ਲਈ, ਸਮਾਜਿਕ ਕਾਰਜਾਂ ਦੇ ਲਈ, ਜਾਂ ਹੋਰ ਵੀ ਜਿੰਨੇ ਆਪਾਂ ਕਹਿ ਲਈਏ ਗੁਰਮਤਿ ਦੇ ਜਿਹੜੇ ਸਮਾਗਮ ਹੈ ਇੱਥੋਂ ਹੁੰਦੇ ਰਹਿੰਦੇ ਨੇ। ਸੋ ਅਸੀਂ ਇੱਥੇ ਵੱਖ ਵੱਖ ਜਥਿਆਂ ਨੂੰ, ਜਿਵੇਂ ਅੱਜ ਸਾਡੇ ਕੋਲ ਭਾਈ ਹਰਜੀਤ ਸਿੰਘ ਹਰਮਨ ਜੀ ਜੋ ਕਿ ਬਲਾਕ ਮਜਰੀ ਦੇ ਇਲਾਕੇ ਦੇ ਵਿੱਚ ਭਾਈ ਰਵਿੰਦਰ ਸਿੰਘ ਜੀ ਸੇਵਾਵਾਂ ਨਿਭਾਉਂਦੇ ਨੇ, ਉਹਨਾਂ ਨੇ ਵੀ ਆ ਕੇ ਸੰਗਤ ਨੂੰ ਅੱਜ ਗੁਰਬਾਣੀ ਗੁਰੂ ਸ਼ਬਦ ਨਾਲ ਜੋੜਿਆ। ਇਸੇ ਤਰ੍ਹਾਂ ਹਰ ਮਹੀਨੇ ਏਕਮ ਦੇ ਦਿਹਾੜੇ ਇੱਥੇ ਮਨਾਏ ਜਾਂਦੇ ਹਨ, ਪੂਰਨਮਾਸ਼ੀ ਤੋਂ ਇੱਕ ਦਿਨ ਬਾਅਦ ਏਕਮ ਏਕੰਕਾਰ ਨਿਰਾਲਾ, ਏਕਮ ਦਾ ਦਿਹਾੜਾ ਵੀ ਇੱਕ ਨਾਲ ਹੀ ਜੁੜਨਾ, ਜੋ ਦੇ ਕੋਈ ਵੀ ਦਿਹਾੜਾ ਹੈ ਗੁਰਬਾਣੀ ਵਿੱਚ ਉਹਦਾ ਸਾਨੂੰ ਇਹੀ ਉਪਦੇਸ਼ ਹੈ ਭਾਈ, ਜਿਵੇਂ ਪੂਰਨਮਾਸ਼ੀ ਹੈ ਅਤੇ ਪੂਰਨਮਾ ਪੂਰਨ ਪ੍ਰਭ ਏਕ,
ਵੀ ਪੂਰਨ ਨਾਲ ਜੁੜਨਾ ਹੈ। ਸੋ ਦਸਵੀਂ ਦਾ ਦਿਹਾੜਾ ਵੀ ਦਸਵੀਂ ਦਸ ਦੁਆਰ ਬਸ ਜਾ ਕੇ, ਸੋ ਜਿਹੜੇ ਇਹ ਦਿਹਾੜੇ ਨੇ ਇਹ ਜੇ ਆਪਾਂ ਗੁਰਮਤ ਅਨੁਸਾਰ ਜੁੜ ਕੇ ਮਨਾਵਾਂਗੇ ਫਿਰ ਸਾਡੇ ਮਨਾਏ ਹੋਏ ਸਫਲੇ ਨੇ। ਇਹ ਸਥਾਨਾਂ 'ਤੇ ਏਕਮ ਦੇ ਦਿਹਾੜੇ ਮਨਾਏ ਜਾਂਦੇ ਹਨ ਅਤੇ ਨਾਲ ਦੀ ਨਾਲ ਇਲਾਕੇ ਵਿੱਚ ਜਿਹੜੇ ਕਾਰਜ ਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸੇਵਾਵਾਂ ਦਾਸ ਵੱਲੋਂ ਸਮੂਹ ਜਥੇ ਵੱਲੋਂ ਅਤੇ ਗੁਰਮਤ ਜਿਹੜੀ ਅਕੈਡਮੀ ਹੈ ਸੋ ਉਹਦੇ ਵੱਲੋਂ ਇਹ ਨਿਭਾਏ ਜਾਂਦੇ ਹਨ। ਗੁਰਮਤ ਜੀਵਨ ਜਾਚ ਜੋ ਇੱਥੇ ਅਕੈਡਮੀ ਜਿਹੜੀ ਸਥਾਪਿਤ ਕੀਤੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਸਿੰਘ ਜੀ ਰੁਪਾਲਹੜੀ ਜੋ ਇਸ ਸਥਾਨ 'ਤੇ ਸੇਵਾ ਨਿਭਾਉਂਦੇ ਨੇ। ਸੋ ਇਹਨਾਂ ਨੇ ਤੁਹਾਨੂੰ ਗੁਰਮਤ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਹੈ। ਇਸੇ ਤਰ੍ਹਾਂ ਹੋਰ ਵੀ ਸਥਾਨਾਂ ਬਾਰੇ ਸ਼ਖਸੀਅਤਾਂ ਬਾਰੇ ਆਪ ਜੀ ਦੇ ਨਾਲ ਜੁੜ ਕੇ ਜਾਣੂ ਕਰਵਾਉਂਦੇ ਰਹਾਂਗੇ। ਖਾਲਸਾ ਟੀਵੀ ਚੈਨਲ ਨਿਊ ਚੰਡੀਗੜ੍ਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਸੇ ਕਹਿ ਕੋ ਹੁਕਮ ਹੈ, ਸਭ ਸੇ ਕਹਿ